ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੇ ਨਾਲ ਨੇ ਗੱਲਬਾਤ ਕਰਨ ਦੇ ਲਈ ਸਰਦਾਰ ਬਲਵਿੰਦਰ ਸਿੰਘ ਜੀ ਪ੍ਰਭਜੋਤ ਸਿੰਘ ਜਿਸ ਦੇ ਨਾਲ ਇਹ ਸਾਰੀ ਘਟਨਾ ਕੱਲ ਵਾਪਰੀ ਹੈ ਇਸ ਘਟਨਾ ਦਾ ਪੂਰਾ ਸੰਗਿਆਨ ਸਾਰਿਆਂ ਦੇ ਵੱਲੋਂ ਇਸ ਕਰਕੇ ਲਿਆ ਜਾ ਰਿਹਾ ਹੈ ਔਰ ਇਸ ਘਟਨਾ ਨੂੰ ਹੁਣ ਚੰਗੀ ਤਰ੍ਹਾਂ ਚਿਤਾਰ ਕੇ ਗੱਲ ਕੀਤੀ ਜਾਵੇਗੀ ਕਿਉਂਕਿ ਇਹ ਪਹਿਲਾ ਇਨਸੀਡੈਂਟ ਜੰਮੂ ਕਸ਼ਮੀਰ ਦੇ ਵਿੱਚ ਨਹੀਂ ਹੈ ਜੰਮੂ ਦੇ ਵਿੱਚ ਇਹ ਚੌਥੀ ਵਾਰੀ ਹੋ ਚੁੱਕਿਆ ਮੈਂ ਇਹਨਾਂ ਦੇ ਹੌਸਲੇ ਦੇ ਲਈ ਇਹਨਾਂ ਦਾ ਧੰਨਵਾਦ ਕਰਾਂਗੀ ਕਿਉਂਕਿ ਬਹੁਤ ਘੱਟ ਲੋਕ ਹੁੰਦੇ ਨੇ ਜਿਹੜੇ ਇਹੋ ਜਿਹੀਆਂ ਮਸਲਿਆਤਾਂ ਦੇ ਵਿੱਚ ਸਾਹਮਣੇ ਆਉਂਦੇ ਨੇ ਕਿਉਂਕਿ ਹਰ ਇੱਕ ਬੰਦਾ ਸੋਚਦਾ ਹੈ ਕਿ ਮੈਂ ਕੀ ਲੈਣਾ ਕਿ ਮੇਰੇ ਬੱਚੇ ਦਾ ਅੱਗੇ ਫਿਊਚਰ ਪਿਆ ਹੁਣ ਅਸੀਂ ਥੋੜੀ ਕੱਲਾ ਪਰਿਵਾਰ ਹੈ ਜਿਹਦੇ ਨਾਲ ਇਹ ਹੋਇਆ ਹੋਵੇਗਾ ਪਰ ਫਿਰ ਵੀ ਵੀਰਜੀ ਹੁਣੀ ਅੱਜ ਸਵੇਰ ਤੋਂ ਮੈਂ ਵੇਖ ਰਿਹਾ ਡਿਸਟ੍ਰਿਕਟ ਉਪਰ ਪ੍ਰਬੰਧਕ ਕਮੇਟੀ ਦੇ ਨਾਲ ਐਸਐਸਪੀ ਦੇ ਆਫਿਸ ਜਿੱਥੇ ਜਾਣਾ ਪਿਆ ਏਡੀਸੀ ਸਾਹਿਬ ਦੇ ਕੋਲੇ ਇਸ ਸਮਿਕ ਬਾਣੀ ਚੈਨਲ ਦੇ ਕੋਲ ਵੀ ਆਏ ਨੇ ਆਪਣੇ ਵਿਚਾਰ ਦੇ ਰਹੇ ਨੇ ਕਿ ਮੇਰੇ ਬੱਚੇ ਨਾਲ ਗਲਤ ਹੋਇਆ ਜੋ ਮੇਰੇ ਬੱਚੇ ਨਾਲ ਹੋਇਆ ਅੱਗੇ ਤੋਂ ਕਿਸੇ ਨਾਲ ਨਾ ਹੋਵੇ ਤੇ ਇਹਨੂੰ ਕਹਿੰਦੇ ਆ ਸਮਾਜ ਦੇ ਪ੍ਰਤੀ ਆਪਣੀ ਕੌਮ ਦੇ ਪ੍ਰਤੀ ਆਪਣੀ ਚੇਤਨਾ ਰੱਖਣਾ ਵੀਰ ਬਲ ਮੈਂ ਵੀਰ ਜੀ ਉਹਨਾਂ ਦਾ ਬਲਵਿੰਦਰ ਵੀਰ ਜੀ ਉਹਨਾਂ ਦਾ ਬਹੁਤ-ਬਹੁਤ ਸਵਾਗਤ ਕਰਦੀ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵੀਰ ਜੀ ਤੁਹਾਡਾ ਬੇਟਾ ਪ੍ਰਭਜੋਤ ਸਿੰਘ ਹਨ ਤੁਸੀਂ ਸਾਰੇ ਜਿਸ ਤਰ੍ਹਾਂ ਦੇ ਨਾਲ ਗੱਲਬਾਤ ਸਾਂਝੀ ਕੀਤੀ ਹੈ ਬੱਚਾ ਇੰਜੀਨੀਅਰਿੰਗ ਕਰ ਰਿਹਾ ਬੱਚਾ ਬਹੁਤ ਜ਼ਿਆਦਾ ਇੰਟੈਲੀਜੈਂਟ ਹੈ ਇਹ ਨਹੀਂ ਕਹਿ ਸਕਦੇ ਕਿ ਉਹ ਕੋਈ ਇਦਾਂ ਕਹਿ ਸਕਦੇ ਆ ਕਿ ਬੱਚੇ ਸ਼ਰਾਰਤੀ ਹੁੰਦੇ ਨੇ ਜਾਂ ਇਹ ਗੱਲ ਕਹਿ ਦਿੱਤੀ ਹੈ ਕਿ ਇੰਨਾ ਇਨੋਸੈਂਟ ਜਿਹਾ ਬੱਚਾ ਸੁਣਿਆ ਇੰਨਾ ਇੰਟੈਲੀਜੈਂਟ ਵੀ ਹੈਗਾ ਵਾ ਤੇ ਇਸ ਇਹ ਜਿਹੜੀ ਸਾਰੀ ਘਟਨਾ ਹੋਈ ਆ ਤੇ ਇਹ ਬੱਚੇ ਨੇ ਵੀ ਹੌਸਲਾ ਕੀਤਾ ਸੁਨਾਇਆ ਤੇ ਤੁਸੀਂ ਅੱਗੇ ਹੌਸਲਾ ਕੀਤਾ ਤੁਸੀਂ ਗੁਰਮੇਲ ਵੀਰ ਜੀ ਹੋਣਾ ਤੱਕ ਡਿਸਟ੍ਰਿਕਟ ਉਦਾਰਾ ਪ੍ਰਬੰਧਕ ਕਮੇਟੀ ਸੰਵਾਦ ਤੱਕ ਪਹੁੰਚਾਇਆ ਕੀ ਕਹੋਗੇ ਅਜੇ ਕਹਿਣਾ ਚਾਹਨਿਆ ਕਿ ਜਿਤਨਾ ਕੋ ਬੱਚਾ ਟੈਸਟ ਦੇਣ ਵਾਸਤੇ ਕੱਲ ਗਿਆ ਸੀ ਹੂੰ ਤੇ ਜਿਤਨਾ ਬੱਚੇ ਨਾਲ ਉੱਤੇ ਬਹਿਵਾਰ ਹੋਇਆ ਜਿਹੜੇ ਇੱਕ ਆਕਾਰਾਂ ਬਾਰੇ ਉਹ ਨਹੀਂ ਹੋਣਾ ਚਾਹੀਦਾ ਕਿਸੇ ਵੀ ਸਿੱਖ ਬੱਚੇ ਨਾਲ ਨਹੀਂ ਹੋਣਾ ਚਾਹੀਦਾ ਕਿਉਂਕਿ ਇਹ ਕਾਫੀ ਬੱਚੇ ਨਾਲ ਹੋ ਜਾਂਦਾ ਪਰ ਉਹ ਦੱਸਦੇ ਨਹੀਂ ਹੈ ਹੂੰ ਤੋਂ ਸਾਡੇ ਉਹੀ ਕਹਿਣਾ ਹੈ ਕਿ ਕਿਸੇ ਬੱਚੇ ਨਾਲ ਨਹੀਂ ਅਜੇ ਕੰਮ ਹੋਣਾ ਚਾਹੀਦਾ ਜੀ ਤੇ ਹੁਣ ਤੁਸੀਂ ਐਸਐਸਪੀ ਸਾਹਿਬ ਨਾਲ ਮਿਲੇ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਨਾਲ ਮਿਲੇ ਯਕੀਨ ਦਵਾਇਆ ਗਿਆ ਹਨਾ ਕਿ ਇਹ ਤੋਂ ਅਜੇ ਹਣੀ ਹੋਵੇਗਾ ਹਾਂਜੀ ਉਹਨਾਂ ਆਖਿਆ ਕਿ ਅਗੇ ਲੋ ਦੁਆਰਾ ਨਹੀਂ ਹੋਏਗਾ ਅਜਿ ਕਰੂਗਾ ਜੀ ਬੱਚੇ ਦਾ ਇਹ ਪਹਿਲਾ ਅਟੈਂਪਟ ਸੀਗਾ ਪਹਿਲੀ ਵਾਰੀ ਕੋਈ ਕੰਪੀਟੀਟਿਵ ਐਗਜ਼ਾਮ ਹਾਂਜੀ 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 ਪਹਿਲੀ ਵਾਰ ਤੇ ਕਿਸ ਤਰ੍ਹਾਂ ਦੇ ਨਾਲ ਬੱਚੇ ਨੇ ਜਿੱਦਾਂ ਇਹ ਸਾਰੀ ਘਟਨਾ ਹੋਈ ਹੈ ਉਸ ਤੋਂ ਬਾਅਦ ਬੱਚਾ ਟੈਸਟ ਦੇਣ ਦੇ ਲਈ ਵੀ ਗਿਆ ਸਭ ਤੋਂ ਪਹਿਲਾਂ ਤੁਹਾਡੇ ਨਾਲ ਹੀ ਗੱਲ ਕੀਤੀ ਉਹਨੇ ਵੀ ਵੀ ਇਦਾਂ ਹੋਇਆ ਹਾਂਜੀ ਹਾਂਜੀ ਜਿਤਰਾ ਪੇਰੈਂਟਸ ਹਰ ਇੱਕ ਨੂੰ ਉਮੀਦ ਹੁੰਦੀ ਹੈ ਕਿ ਬੱਚੇ ਦਾ ਟੈਸਟ ਹੀ ਤੇ ਕਿਸ ਪ੍ਰਕਾਰ ਦਾ ਟੈਸਟ ਹੋਇਆ ਕਹੇ ਨਹੀਂ ਆਈ ਵੀ ਘਰ ਬੈਠੀ ਜਿਲੇ ਆਏ ਤੇ ਪੁੱਛੇ ਟੈਸਟ ਕਿੰਦਾ ਟੈਸਟ ਬਹੁਤ ਵਧੀਆ ਹੋਇਆ ਆ ਆਸਾਨ ਟੈਸਟ ਹੀ ਕੋਈ ਚੱਕਰ ਨਹੀਂ ਪਰ ਕਹਿੰਦਾ ਕਿ ਮਾੜੀ ਗੱਲ ਹੋ ਗਈ ਇਹ ਹੋਈ ਕਿ ਉਹਨਾਂ ਮੇਰੇ ਕੋ ਕਰ ਲਵਾਏ ਨੇ ਹੂੰ ਤੇ ਇਸ ਗੱਲੇ ਉਹਦਾ ਮੋਰਲ ਟੋਣੀ ਫਿਰ ਮੈਂ ਕੋਈ ਨਹੀਂ ਫਿਰ ਗੱਲਬਾਤ ਕੀਤੀ ਹੈਗੀ ਦੇਖੋ ਨਾ ਕਿੰਨੀ ਛੋਟ ਕਿੰਨੇ ਉਹ ਕਹਿ ਸਕਦੇ ਕਿਸਮਤ ਵਾਲੇ ਨੌਜਵਾਨ ਹੁੰਦੇ ਨੇ ਜਿਹੜੇ ਅਮਰਤਾਰੀ ਹੁੰਦੇ ਨੇ ਪੇਰੈਂਟਸ ਵੀ ਉਹਨਾਂ ਦੇ ਕਰਮਾ ਵਾਲੇ ਹੁੰਦੇ ਨੇ ਕਿ ਉਹਨਾਂ ਦੇ ਬੱਚੇ ਗੁਰੂ ਦੇ ਲੜ ਲੱਗੇ ਹੁੰਦੇ ਕਿਹੜ 7 ਸਾਲ ਦਾ ਬੱਚਾ ਅਮਰ ਚੱਕਰ ਹੁਣ ਕਿੰਨੀ ਉਮਰ ਹੈ ਉਮਰ ਉਹਨੂੰ 22 ਸਾਲ ਚੱਲ ਰਿਹਾ 7 ਸਾਲ ਦੀ ਉਮਰ ਤੋਂ ਹਾਂ 7 ਸਾਲ ਤੋਂ ਤੇ ਐ ਐਸਾ ਜਦੋਂ ਉਹ ਦੇਖੋ 7 ਸਾਲ ਤੋਂ ਲੈ ਕੇ 22 ਸਾਲ ਤੱਕ ਉਹ ਆਪਦੇ ਕਕਾਰ ਉਹਦੇ ਨਾਲ ਹੀ ਨੇ ਇੱਕ ਦਿਨ ਤੁਹਾਨੂੰ ਕੋਈ ਕਹਿ ਦਵੇ ਤਾਂ ਪਹਿਲਾ ਮੌਕਾ ਕੱਲ ਜਿਹੜਾ ਕਕਾਰ ਉਹਨਾਂ ਦੇ ਲੋਹੇ ਗਏ ਨੇ ਨਹੀਂ ਤੇ ਉਹਨੇ ਕਹ ਦਈ ਇਸੇ ਕਰਕੇ ਉਹਨਾਂ ਨੇ ਫੀਲਿੰਗ ਕੀਤਾ ਕਕਾਰ ਕਦੇ ਲੋਹੇ ਨਹੀਂ ਤੇ ਪਹਿਲੀ ਵਾਰ ਲੋਹੇ ਪਏ ਜੀ ਟਿੱਕਰ ਪਾਨ ਪੂਰੀ ਨਾਰਮਲ ਸਾਈਜ਼ ਦੀ ਸੀ ਜਿੰਨੀ ਨਾਰਮਲ ਨਾਲੋਂ ਛੋਟੀ ਸਾਈਜ਼ ਨਾਰਮਲ ਉਸ ਸਾਈਜ਼ ਦੇ ਹਾਂਜੀ ਜੀ ਜੀ ਵੀਰ ਜੀ ਬਹੁਤ ਬਹੁਤ ਧੰਨਵਾਦ ਫਿਰ ਵੀ ਤੁਸੀਂ ਆ ਕੇ ਹੌਸਲਾ ਕਰਕੇ ਸਾਰਿਆਂ ਦੇ ਨਾਲ ਖੜੇ ਹੋਏ ਹੈਗੇ ਤਾਂ ਜੀ ਮੈਂ ਮਾਈਕ ਸਾਡੇ ਨਾਲ ਡਿਸਟ੍ਰਿਕਟ ਗੁਰਦੁਆਰਾ ਪ੍ਰਬੰਧਕ ਕਮੇਟੀ ਸਾਂਬਾ ਦੇ ਵਾਈਸ ਪ੍ਰੈਜ਼ੀਡੈਂਟ ਸਰਦਾਰ ਗੁਰਮੀਲ ਸਿੰਘ ਜੀ ਉਹਨਾਂ ਦੇ ਨਾਲ ਪ੍ਰਧਾਨ ਸਾਹਿਬ ਨੇ ਉਹ ਵੀ ਡਿਸਟ੍ਰਿਕਟ ਗੁਰਦੁਆਰਾ ਪ੍ਰਬੰਧਕ ਕਮੇਟੀ ਸਾਂਬਾ ਦੇ ਪ੍ਰਧਾਨ ਸਾਹਿਬ ਨੇ ਪ੍ਰਚਾਰਕ ਬਿਕਮਜੀਤ ਸਿੰਘ ਉਹ ਵੀ ਸਾਡੇ ਨਾਲ ਨੇ ਤੇ ਇਹ ਸਾਂਬਾ ਕਮੇਟੀ ਦਾ ਤੇ ਜਿਵੇਂ ਸਾਂਬਾ ਕਟੂਆ ਕਮੇਟੀ ਦਾ ਬਹੁਤ ਵੱਡਾ ਯੋਗਦਾਨ ਰਿਹਾ ਜਦੋਂ ਪਿਛਲੇ ਦਿਨ ਹੀ ਆਪਾਂ ਵੇਖਿਆ ਸਰਦਾਰ ਸਿਮਰਨਜੀਤ ਸਿੰਘ ਮਾਨ ਹਨ ਲਖਨਪੁਰ ਬਾਰਡਰ ਤੋਂ ਵਾਪਸ ਗਏ ਨੇ ਤੇ ਮੈਂ ਦੇਖਿਆ ਗੁਰਮੀਲ ਵੀਰ ਜੀ ਹੁਣੀ ਵੀ ਉੱਥੇ ਇਹਨਾਂ ਦੀ ਜਿਹੜੀ ਕਮੇਟੀ ਹੈ ਉੱਥੇ ਸਰਦਾਰ ਸਿਮਰਨਜੀਤ ਸਿੰਘ ਮਾਨ ਹੋਣਾਂ ਦੇ ਨਾਲ ਵੀ ਡਟੇ ਰਹੇ ਇਹਦਾ ਮਤਲਬ ਕੌਮ ਦੇ ਸਿੱਖਾਂ ਦੇ ਮਸਲਿਆਤਾਂ ਦੇ ਪ੍ਰਤੀ ਕਾਫੀ ਉਤੇਜਨ ਰਹਿੰਦੇ ਨੇ ਔਰ ਹਮੇਸ਼ਾ ਪੈਰਵਾਈ ਕਰਦੇ ਨੇ ਕਿਉਂਕਿ ਇਹਨਾਂ ਨੂੰ ਇਸ ਚੀਜ਼ ਦਾ ਹੈਗਾ ਕਿ ਸਾਨੂੰ ਸੰਗਤ ਨੇ ਚੁਣਿਆ ਅਸੀਂ ਸੰਗਤ ਦੇ ਚੁਣੇ ਹੋਏ ਨੁਮਾਇੰਦੇ ਆ ਜੀ ਵੀਰ ਜੀ ਐਸਐਸਪੀ ਸਾਹਿਬ ਨੂੰ ਮਿਲੇ ਹੋ ਹਨਾ ਚੌਥਾ ਮਾਮਲਾ ਇਹ ਜੰਮੂ ਦੇ ਵਿੱਚ ਤੇ ਐਸਐਸਪੀ ਸਾਹਿਬ ਫਿਰ ਉਸਦੇ ਬਾਅਦ ਏਡੀਸੀ ਸਾਹਿਬ ਦੇ ਨਾਲ ਵੀ ਗੱਲਬਾਤ ਹੋਈ ਹੈ ਕੀ ਕੁਝ ਜੀ ਜੇ ਪਹਿਲਾਂ ਤਾਂ ਮੈਂ ਤੁਹਾਡਾ ਇਕਵਾਨੀ ਚੈਨਲ ਦਾ ਬਹੁਤ ਹੀ ਧੰਨਵਾਦੀ ਹਾਂ ਤੁਸੀਂ ਆਏ ਦਿਨ ਜੋ ਸਿੱਖਾਂ ਦੇ ਕੀ ਤੇ ਗੈਰ ਸਿੱਖਾਂ ਦੇ ਕੀ ਜੋ ਵੀ ਸਚਾਈ ਆ ਉਹ ਤੁਸੀਂ ਬਿਆਨ ਕਰਦੇ ਹੋ ਤੇ ਪਬਲਿਕ ਤੱਕ ਜੋ ਮਕੀ ਹਰ ਗੱਲਬਾਤ ਪਹੁੰਚਾਉਂਦੇ ਹੋ ਇਸ ਦੇ ਲਈ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਔਰ ਜੋ ਗੱਲ ਅੱਜ ਪ੍ਰਸ਼ਾਸਨ ਨੂੰ ਮਿਲਣ ਦੀ ਹੈ ਜਿਵੇਂ ਕਿ ਤੁਹਾਨੂੰ ਵੀ ਇਸ ਚੀਜ਼ ਬਾਰੇ ਪਤਾ ਹੀ ਹੈ ਕਿ ਪ੍ਰਸ਼ਾਸਨ ਹਮੇਸ਼ਾ ਮਿੱਠੀਆਂ ਗੋਲੀਆਂ ਦਿੰਦਾ ਆਇਆ ਤੇ ਉਹਨਾਂ ਨੇ ਦਿੰਦਿਆ ਰਹਿਣਾ ਜੋ ਐਸਐਸਪੀ ਨੇ ਐਸਐਸਪੀ ਸਾਹਿਬ ਨੇ ਸਾਨੂੰ ਕਿਹਾ ਹੈ ਕਿ ਸਾਨੂੰ 10 ਦਿਨ ਦਾ ਟਾਈਮ ਦਿਓ ਜੀ ਅਸੀਂ ਉਹਨਾਂ ਨੂੰ ਕਿਹਾ ਕਿ ਅਸੀਂ ਅੱਜ ਐਫ ਆਈ ਆਰ ਜੋ ਉਹ ਦਰਜ ਕਰवानी ਹੈ ਹੂੰ ਤੇ ਤੁਸੀਂ ਦੱਸੋ ਤੁਸੀਂ ਸਾਡੇ ਕਿ ਐਫ ਆਈ ਆਰ ਦਰਜ ਕਰਦੇ ਹੋ ਜਾਂ ਨਹੀਂ ਕਰਦੇ ਜੇ ਤੁਸੀਂ ਨਹੀਂ ਕਰਨੀ ਤੇ ਅਸੀਂ ਕੋਰਟ ਦੇ ਥਰੂ ਕਰਵਾਵਾਂਗੇ ਜੀ ਤੇ ਯੂ ਐਫ ਆਈ ਆਰ ਆ ਉਹ ਅਸੀਂ ਦਰਜ ਕਰਵਾਣੀ ਹੀ ਕਰवानी ਹੈ ਕਿਉਂਕਿ ਅਗਰ ਅਸੀਂ ਇਦਾਂ ਪ੍ਰੈਸ ਕਾਨਫਰੰਸਾਂ ਕਰਦੇ ਰਹਾਂਗੇ ਜਾਂ ਅਸੀਂ ਤੁਹਾਡੇ ਕੋਲ ਬਾਰ-ਬਾਰ ਆਂਦੇ ਰਹਾਂਗੇ ਤੇ ਇਹਦੇ ਨਾਲ ਮਸਲਾ ਜੋ ਹੈ ਹੱਲ ਨਹੀਂ ਹੋਣਾ ਸੋ ਸਾਨੂੰ ਕੋਈ ਮਤਲਬ ਕਿ ਸਖਤ ਕਾਰਵਾਈ ਕਰਨੀ ਪਏਗੀ ਕਿਉਂਕਿ ਅਸੀਂ ਵੀ ਜੋ ਮਤਲਬ ਕਿ ਸਾਨੂੰ ਪਬਲਿਕ ਨੇ ਜਿਤਾ ਕੇ ਤੇ ਇੱਕ ਸਿੱਖ ਕੌਮ ਦੇ ਨੁਮਾਇੰਦੇ ਬਣਾ ਕੇ ਅੱਗੇ ਭੇਜਿਆ ਹੈ ਜੇ ਅਸੀਂ ਵੀ ਚੁੱਪ ਕਰਕੇ ਬਹਿ ਜਾਾਂਗੇ ਤੇ ਫੇਰ ਗੱਲ ਨਹੀਂ ਬਣਨੀ ਹੂੰ ਸੋ ਉਹਨਾਂ ਨੇ ਕਿਹਾ ਕਿ ਸਾਨੂੰ 10 ਦਿਨ ਦਾ ਟਾਈਮ ਦਿਓ 10 ਦਿਨ ਦੇ ਵਿੱਚ ਵਿੱਚ ਅਸੀਂ ਸਾਰੀ ਜੋ ਗੱਲਬਾਤ ਹੈ ਜੋ ਸਾਰੀ ਸ਼ਾਰਮਿੰਗ ਕਰ ਲੈਣੇ ਆ ਕਿ ਕਿੱਥੋਂ ਗੱਲ ਵਿਗੜੀ ਹੈ ਮਤਲਬ ਕਿ ਕਿਉਂਕਿ ਕਹਿੰਦੇ ਸਾਡੀਆਂ ਦਾ ਹਦਾਇਤਾਂ ਸੀ ਕਿ ਜੋ ਮਤਲਬ ਕਿ ਕਾਰ ਨੇ ਉਹ ਨਹੀਂ ਉਤਾਰੇ ਜਾਣ ਹੂੰ ਤੋ ਫਿਰ ਮਤਲਬ ਕਿ ਅਸੀਂ ਉਹਨਾਂ ਨੂੰ ਕਿਹਾ ਕਿ ਜੇਕਰ ਮਤਲਬ ਕਿ ਜਿਨ੍ਹਾਂ ਨੇ ਕਾਨੂੰਨ ਦਾ ਪਾਲਣ ਕਰਨਾ ਹੈ ਜੀ ਜੇ ਉਹ ਹੀ ਕਾਨੂੰਨ ਦੀ ਉਲੰਘਣਾ ਕਰਦੇ ਨੇ ਤੇ ਫਿਰ ਤੁਸੀਂ ਆਮ ਪਬਲਿਕ ਤੋਂ ਕੀ ਉਮੀਦ ਰੱਖਦੇ ਹੋ ਹਮ ਅਗਰ ਮਤਲਬ ਕਿ ਕਾਨੂੰਨ ਦੀ ਰਖਵਾਲੀ ਕਰਨ ਵਾਲੇ ਹੀ ਕਾਨੂੰਨ ਦੀ ਉਲੰਘਣਾ ਕਰਨਗੇ ਤਾਂ ਫਿਰ ਸਾਡੇ ਜਿਹਾ ਆਮ ਬੰਦਾ ਤਾਂ ਕਿਤੇ ਵੀ ਜੋ ਹੈ ਮਤਲਬ ਕਿ ਕਾਨੂੰਨ ਦੀ ਉਲੰਘਣਾ ਕਰੇਗਾ ਤਾਂ ਫਿਰ ਉਹਤੇ ਕਾਰਵਾਈ ਨਹੀਂ ਹੋਣੀ ਚਾਹੀਦੀ ਹਮ ਜੇ ਕਾਨੂੰਨ ਦੇ ਰਖਵਾਲਿਆਂ ਤੇ ਕਾਰਵਾਈ ਨਹੀਂ ਹੁੰਦੀ ਤੇ ਫਿਰ ਆਮ ਪਬਲਿਕ ਤੇ ਕਿਉਂ ਸੋ ਉਹਨਾਂ ਨੇ ਕਿਹਾ ਕਿ ਸਾਨੂੰ 10 ਦਿਨ ਦਾ ਤੁਸੀਂ ਟਾਈਮ ਦਿਓ 10 ਦਿਨ ਦੇ ਵਿੱਚ ਵਿੱਚ ਅਸੀਂ ਸਾਰੀ ਕਾਰਵਾਈ ਕਰਕੇ ਤੇ ਅਸੀਂ ਤੁਹਾਨੂੰ ਕਾਲ ਕਰ ਲਾਂਗੇ ਜਾਂ ਤੁਸੀਂ ਸਾਨੂੰ ਕਾਲ ਕਰ ਲਿਓ ਅਸੀਂ ਫਿਰ ਬੈਠ ਕੇ ਗੱਲਬਾਤ ਜੋ ਹੈ ਉਹ ਕਰ ਲਵਾਂਗੇ ਜੀ ਤੇ ADC ਸਾਹਿਬ ਨੂੰ ਵੀ ਮਿਲੇ ਹੋ ADC ਸਾਹਿਬ ਨੇ ਵੀ ਜੀ 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 ਉਹਨਾਂ ਨੇ ADC ADC ਸਾਹਿਬ ਨੇ ਕਿਹਾ ਹੈ ਕਿ ਤੁਸੀਂ ਸਾਨੂੰ ਰਿਟਰਨ ਦੇ ਵਿੱਚ ਲਿਖ ਕੇ ਇੱਕ ਐਪਲੀਕੇਸ਼ਨ ਦੇ ਦਿਓ ਤੇ ਅਸੀਂ ਮੈਂ ਉਹਨਾਂ ਨੇ ਆਪਣੀ ਤਰਫੋਂ ਕਿਹਾ ਹੈ ਕਿ ਮੈਂ ਇੱਕ ਆਰਡਰ ਕੱਟ ਦਿਨਾ ਆ ਕਿ ਕੋਈ ਵੀ ਕਿਤੇ ਵੀ ਕੋਈ ਐਗਜ਼ਾਮ ਹੁੰਦਾ ਤੇ ਚਾਹੇ ਕਿਸੇ ਸਕੂਲ ਦੇ ਵਿੱਚ ਹੋਏ ਚਾਹੇ ਕਿਸੇ ਜੌਬ ਦੇ ਲਈ ਹੋਏ ਤੇ ਜੋ ਸਿੱਖ ਬੱਚੇ ਨੇ ਉਹਨਾਂ ਦੇ ਜੋ ਕਕਾਰ ਨੇ ਉਹ ਉਹਨਾਂ ਦੇ ਨਾਲ ਹੀ ਰਹਿਣ ਉਹਨਾਂ ਤੋਂ ਉਹਨਾਂ ਤੋਂ ਅਲੱਗ ਨਾ ਕੀਤੇ ਜਾਣ ਮੈਂ ਇੱਕ ਇਦਾਂ ਦਾ ਆਰਡਰ ਪਾਸ ਕਰ ਦਿੰਦਾ ਆ ਦੇਖੋ ਵੀਰ ਜੀ ਜੇਕਰ ਦਿੱਲੀ ਹਾਈ ਕੋਰਟ ਦੀ ਗੱਲ ਕੀਤੀ ਜਾਵੇ ਤਾਂ ਦਿੱਲੀ ਹਾਈ ਕੋਰਟ ਦੇ ਵੱਲੋਂ ਪਹਿਲਾਂ ਹੀ ਆਰਡਰ ਹੈ ਜਿਹੜਾ ਕੱਢ ਦਿੱਤਾ ਗਿਆ ਹੋਇਆ ਆਰਡਰ ਜਾਰੀ ਕੀਤਾ ਗਿਆ ਹੈਗਾ ਤੇ ਕਿਉਂ ਹੁਣ ਜੰਮੂ ਦੇ ਵਿੱਚ ਸਪੈਸ਼ਲ ਆਰਡਰ ਹੈ ਜਿਹੜੇ ਉਹ ਸਿੱਖਾਂ ਦੇ ਲਈ ਨਿਕਲਣਗੇ ਜੀ ਦੇਖੋ ਜਾਂ ਤੇ ਇਹ ਜਿਹੜੇ ਉੱਪਰਲੇ ਹਾਈ ਲੈਵਲ ਤੇ ਜਿਹੜੇ ਅਫਸਰ ਨੇ ਜਾਂ ਐਲਜੀ ਸਾਹਿਬ ਨੇ ਜਾਂ ਤੇ ਉਹਨਾਂ ਦੇ ਆਰਡਰ ਮੰਨੇ ਨਹੀਂ ਜਾ ਰਹੇ ਤੇ ਜੇ ਉਹਨਾਂ ਨੇ ਉਹ ਆਰਡਰ ਉਹਨਾਂ ਨੇ ਅੱਗੇ ਪਾਸ ਕੀਤੇ ਨੇ ਤੇ ਫਿਰ ਉਹ ਪ੍ਰਸ਼ਾਸਨ ਹੈ ਜਿਹੜਾ ਉਹ ਅੰਗੈਲੀ ਕਰ ਰਿਹਾ ਹੈ ਤੇ ਉਹਨਾਂ ਦੇ ਉੱਪਰ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਤੇ ਜੇ ਐਲਜੀ ਸਾਹਿਬ ਖੁਦ ਮਤਲਬ ਕਿ ਇਹ ਸਭ ਕਰਵਾ ਰਹੇ ਨੇ ਜੇ ਉਹਨਾਂ ਦੇ ਉਹਨਾਂ ਦੇ ਆਰਡਰ ਉਹ ਆਰਡਰ ਪਾਸ ਨਹੀਂ ਕਰ ਰਹੇ ਤੇ ਫਿਰ ਐਲਜੀ ਸਾਹਿਬ ਦੀ ਗਲਤੀ ਹੈ ਫਿਰ ਉਹਨਾਂ ਨੂੰ ਦੇਖਣਾ ਚਾਹੀਦਾ ਹੈ ਕਿ ਇਹ ਸਿੱਖ ਕੌਮ ਨਾਲ ਧੱਕਾ ਕਿਉਂ ਕਰ ਰਹੇ ਨੇ ਹਮ ਹਰ ਪਾਸੇ ਹਰ ਜਗ੍ਹਾ ਸਿੱਖ ਕੌਮ ਨਾਲ ਧੱਕਾ ਹੋ ਰਿਹਾ ਕਿਉਂਕਿ ਆਪਾਂ ਕਹੇ ਅਕਸਰ ਕਿਹਾ ਜਾਂਦਾ ਕਿ ਅਸੀਂ ਵੀ ਭਾਰਤ ਦੇ ਵਾਸੀ ਆ ਭਾਰਤ ਉਹਨਾਂ ਹੀ ਸਾਡਾ ਹੈ ਤੇ ਫਿਰ ਜਦੋਂ ਭਾਰਤ ਦੇ ਅੰਦਰ ਰਹਿੰਦੇ ਹੋਏ ਸਾਨੂੰ ਇਹੋ ਜਿਹਾ ਮਹਿਸੂਸ ਕਰ ਕਰਦੇ ਆ ਸਿੱਖ ਤਾਂ ਫਿਰ ਉਹਦੇ ਉੱਪਰ ਕਿਤੇ ਨਾ ਕਿਤੇ ਇਹ ਦੇਖੋ ਨੌਜਵਾਨ ਤਾਂ ਇਸ ਚੀਜ਼ ਨੂੰ ਫੇਸ ਕਰ ਹੀ ਰਹੇ ਨੇ ਜਿਹੜੇ ਸਾਡੇ ਬਜ਼ੁਰਗ ਨੇ ਜਿਨ੍ਹਾਂ ਨੇ ਇਹ ਚੀਜ਼ ਕਿਆ ਹੋਵੇ ਕਿ ਸ਼ਾਇਦ ਅਸੀਂ ਆਪਣੀ ਜ਼ਿੰਦਗੀ 'ਚ ਦੇਖੀ ਸੀ ਜਾਂ ਇਹ ਚੀਜ਼ ਅਸੀਂ ਹਾਲਾਤ ਦੇਖਣਾ ਨਹੀਂ ਚਾਹੁੰਦੇ ਉਹ ਵੀ ਤਾਂ ਮਹਿਸੂਸ ਕਰਦੇ ਹੋਣੇ ਜੀ ਬਿਲਕੁਲ ਪੰਜ ਜੀ ਜਿੱਦਾਂ ਤੁਸੀਂ ਦੱਸਿਆ ਕਿ ਅਸੀਂ ਵੀ ਇਸ ਦੇਸ਼ ਦੇ ਵਾਸੀ ਆ ਲੇਕਿਨ ਕਿਤੇ ਨਾ ਕਿਤੇ ਸਾਨੂੰ ਅਹਿਸਾਸ ਕਰਵਾਇਆ ਜਾਂਦਾ ਹੈ ਕਿ ਤੁਸੀਂ ਇਸ ਦੇਸ਼ ਦੇ ਵਾਸੀ ਨਹੀਂ ਹੋ ਤੁਸੀਂ ਦੋ ਨੰਬਰ ਦੇ ਸ਼ਹਿਰੀ ਹੋ ਹੂੰ ਸਾਨੂੰ ਅਸੀਂ ਚਾਹਦੇ ਹਾਂ ਕਿ ਅਸੀਂ ਇੱਕ ਨੰਬਰ ਤੇ ਸ਼ਹਿਰੀ ਬਣ ਕੇ ਰਹੀਏ ਲੇਕਿਨ ਇਹ ਸਰਕਾਰ ਨੂੰ ਦੇਖਣਾ ਕਿ ਸਰਕਾਰ ਸਾਨੂੰ ਆਪਣੇ ਨਾਲ ਰੱਖਣਾ ਚਾਹੁੰਦੀ ਹੈ ਕਿ ਨਹੀਂ ਰੱਖਣਾ ਚਾਹੁੰਦੀ ਕਿਉਂਕਿ ਜੇਕਰ ਗੱਲ ਆਏ ਕੁਰਬਾਨੀਆਂ ਦੀ ਤੇ ਸਿੱਖਾਂ ਦੀਆਂ ਕੁਰਬਾਨੀਆਂ ਸਭ ਤੋਂ ਵੱਧ ਨੇ ਇਸ ਦੇਸ਼ ਨੂੰ ਆਜ਼ਾਦ ਕਰਵਾਉਣ ਦੇ ਲਈ ਲੇਕਿਨ ਜਦੋਂ ਕਿਤੇ ਜਿੱਦਾਂ ਹੁਣ ਗਲਵਾਨ ਘਾਟੀ ਦੇ ਵਿੱਚ ਵੀ ਇੱਕ ਜੋ ਚਾਈਨਾ ਨਾਲ ਜੋ ਹੋਇਆ ਸੀ ਇਹਨਾਂ ਦਾ ਹੈ ਨਾ ਤੇ ਉੱਥੇ ਜੋ ਫਾਇਰਿੰਗ ਦਾ ਆਰਡਰ ਨਹੀਂ ਸੀ ਤੇ ਉਥੇ ਉਹ ਜੋ ਸਿੱਖ ਬਟਾਲੀਅਨ ਲੱਗੀ ਹੋਈ ਸੀ ਉਹਨਾਂ ਨੇ ਇਸੇ ਹੀ ਸ੍ਰੀ ਸਾਹਿਬ ਦੇ ਨਾਲ ਉਹਨਾਂ ਨਾਲ ਮੁਕਾਬਲਾ ਕੀਤਾ ਤੇ ਫਿਰ ਇਹਨਾਂ ਨੂੰ ਇਹਨਾਂ ਸਕੂਲਾਂ ਇਹਨਾਂ ਇਗਜ਼ਾਮਾਂ ਦੇ ਵਿੱਚ ਸਾਡੀ ਸ੍ਰੀ ਸਾਹਿਬ ਚੁਭਦੀ ਕਿਉਂ ਆ ਫਿਰ ਉਥੇ ਵੀ ਆਰਡਰ ਪਾਸ ਕਰਨ ਫਿਰ ਉਥੇ ਵੀ ਨਾ ਜਾਣਦੇ ਨੇ ਸ੍ਰੀ ਸਾਹਿਬ ਉਥੇ ਕਿਉਂ ਜਾਣ ਦਿੰਦੇ ਨੇ ਜਦੋਂ ਦੇਸ਼ ਲਈ ਲੜਨਾ ਹੋਏ ਤੇ ਉਦੋਂ ਸਿੱਖ ਸਿੱਖਾਂ ਦੀ ਬਹੁਤ ਤਾਰੀਫ ਕੀਤੀ ਜਾਂਦੀ ਏ ਬਹੁਤ ਮਤਲਬ ਕਿ ਸਾਨੂੰ ਉਚਾਈ ਤੇ ਲੈ ਜਾਂਦੇ ਨੇ ਕਿ ਸਿੱਖ ਸਾਡੇ ਭਰਾ ਨੇ ਸਾਡਾ ਨੌ ਮਾਸ ਦਾ ਰਿਸ਼ਤਾ ਏ ਤੇ ਜਦੋਂ ਸਾਡੀ ਗੱਲ ਸਾਡੇ ਹੱਕਾਂ ਦੀ ਆਉਂਦੀ ਏ ਉਦੋਂ ਨੌ ਮਾਸ ਦਾ ਰਿਸ਼ਤਾ ਕਿੱਥੇ ਜਾਂਦਾ ਏ ਉਦੋਂ ਕਿਉਂ ਨਹੀਂ ਸਾਨੂੰ ਆਪਣੇ ਨਾਲ ਸਾਨੂੰ ਕਿਉਂ ਮਤਲਬ ਕਿ ਇਹ ਅਹਿਸਾਸ ਕਰਾਉਂਦੇ ਨੇ ਕਿ ਤੁਸੀਂ ਗੁਲਾਮ ਹੋ ਸਾਨੂੰ ਗੁਲਾਮ ਹੋਣ ਦਾ ਹਰ ਬਾਰ ਅਹਿਸਾਸ ਕਰਵਾਇਆ ਜਾਂਦਾ ਏ ਨਹੀਂ ਹੁਣ ਜਿੱਦ ਦਾ ਅੱਜ ਆਪਾਂ ਗੱਲ ਸੁਣ ਰਹੇ ਸੀਗੇ ਕਿ ਕਿਹਾ ਜਾ ਰਿਹਾ ਸੀ ਕਿ ਹੁਣ ਅਸੀਂ ਜੇ ਅਸੀਂ ਨੌਜਵਾਨਾਂ ਨੂੰ ਰੋਕ ਨਹੀਂ ਪਾਵਾਂਗੇ ਜੀ ਬਿਲਕੁਲ ਨੌਜਵਾਨ ਅੱਜ ਵੀ ਕੱਲ ਜਿੱਦਾਂ ਗੱਲ ਹੋਈ ਹੈ ਜਿੱਦਾਂ ਤੁਸੀਂ ਜੋ ਮਤਲਬ ਕਿ ਲਾਈਵ ਕੀਤਾ ਸੀ ਉਸ ਤੋਂ ਬਾਅਦ ਮੈਨੂੰ ਕਾਲ ਆਉਣੀਆਂ ਸਟਾਰਟ ਹੋ ਗਈਆਂ ਸੀ ਤੇ ਨੌਜਵਾਨ ਨੌਜਵਾਨਾਂ ਦਾ ਇੱਕ ਗਿਲਾ ਸਾਡੇ ਤੇ ਉਹ ਕਹਿੰਦੇ ਨੇ ਕਿ ਤੁਸੀਂ ਹਰ ਵਾਰ মিডিਆ ਦੇ ਰਾਹੀਂ ਬਸ ਇੰਟਰਵਿਊ ਕਰਕੇ ਤੇ ਜਾਂ ਪ੍ਰੈਸ ਕਾਨਫਰੰਸਾਂ ਕਰਕੇ ਤੇ ਤੁਸੀਂ ਗੱਲ ਨੂੰ ਟਾਲਣ ਦੀ ਕੋਸ਼ਿਸ਼ ਕਰਦੇ ਹੋ ਅਸੀਂ ਤੁਹਾਨੂੰ ਜਿਤਾ ਕੇ ਭੇਜਿਆ ਸਿੱਖਾਂ ਦੇ ਮਸਲੇ ਹੱਲ ਕਰਨ ਦੇ ਲਈ ਪ੍ਰੈਸ ਕਾਨਫਰੰਸ ਕਰਨ ਦੇ ਲਈ ਨਹੀਂ ਭੇਜਿਆ ਤੁਹਾਨੂੰ ਹੂੰ ਫਿਰ ਵੀ ਅਸੀਂ ਉਹਨਾਂ ਨੂੰ ਕਿਹਾ ਕਿ ਚਲੋ ਸਾਨੂੰ ਗੱਲਬਾਤ ਕਰ ਲੈਣ ਤੋਂ ਪ੍ਰਸ਼ਾਸਨ ਨਾਲ ਪ੍ਰਸ਼ਾਸਨ ਕੀ ਕਹਿੰਦਾ ਹੈ ਉਹਦੇ ਤੋਂ ਬਾਅਦ ਅਸੀਂ ਅਗਲੀ ਕਾਰਵਾਈ ਜੋ ਕਰਾਂਗੇ ਲੇਕਿਨ ਨੌਜਵਾਨ ਕਿੰਨੀ ਕੁ ਦਿਨ ਤੱਕ ਅਸੀਂ ਨੌਜਵਾਨਾਂ ਨੂੰ ਰੋਕਾਂਗੇ ਹੂੰ ਫਿਰ ਕੱਲ ਨੂੰ ਗੱਲ ਆ ਜਾਏਗੀ ਕਿ ਜੀ ਇਹ ਚੁਣੇ ਹੋਏ ਨੁਮਾਇੰਦੇ ਨੇ ਡਿਸਟ੍ਰਿਕਟ ਕੋਰਪੋਰੇਟਰ ਪ੍ਰਬੰਧਕ ਕਮੇਟੀ ਕਮੇਟੀ ਦੇ ਇਹਨਾਂ ਦਾ ਫਰਜ਼ ਬਣਦਾ ਸੀ ਨੌਜਵਾਨਾਂ ਨੂੰ ਰੋਕਣਾ ਪਰ ਅਸੀਂ ਕਿੰਨਾ ਕਿੰਨੀ ਕੁ ਦਿਨ ਰੋਕਾਂਗੇ ਹੂੰ ਅਸੀਂ ਵੀ ਹੁਣ ਇੱਕ ਵਾਰ ਹੋਏ ਦੋ ਵਾਰ ਹੋਏ ਤਿੰਨ ਵਾਰ ਹੋਏ ਬਾਰ-ਬਾਰ ਜੇ ਇਦਾਂ ਦੀਆਂ ਹਰਕਤਾਂ ਹੁੰਦੀਆਂ ਰਹਿਣਗੀਆਂ ਤੇ ਸਾਡੇ ਵੀ ਵਸਤੂ ਬਾਹਰ ਹੋ ਜਾਏਗਾ ਅਸੀਂ ਵੀ ਕੁਝ ਨਹੀਂ ਕਰ ਪਾਂਗੇ ਜੀ ਸੋ ਮੈਂ ਮਤਲਬ ਕਿ ਬਸ ਇਹੀ ਕਹਿਣਾ ਚਾਹਾਂਗਾ ਕਿ ਇਹਦੇ ਉੱਤੇ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਔਰ ਅਸੀਂ ਕਰਾਂਗੇ ਵੀ ਅਸੀਂ ਆਪਣੀ ਤਰਫ ਤੋਂ ਜੋ ਵੀ ਹੋਏਗਾ ਚਾਹੇ ਸਾਨੂੰ ਹਾਈ ਕੋਰਟ ਸੁਪਰੀਮ ਕੋਰਟ ਜਿੱਥੇ ਵੀ ਜਾਣਾ ਪਿਆ ਅਸੀਂ ਜਾਾਂਗੇ ਔਰ ਇਹਦੇ ਉੱਤੇ ਜਰੂਰ ਅਸੀਂ ਕਰ ਜੋ ਵੀ ਦੋਸ਼ੀ ਹੈ ਉਹਨੂੰ ਸਾਹਮਣੇ ਜਰੂਰ ਲੈ ਕੇ ਆਾਂਗੇ ਜੀ ਵੀਰ ਜੀ ਬਹੁਤ-ਬਹੁਤ ਧੰਨਵਾਦ ਕਿਉਂਕਿ ਕੱਲ ਤੁਹਾਡੇ ਰਾਹੀਂ ਹੀ ਇਹ ਮਸਲਾ ਹੈ ਜਿਹੜਾ ਤੁਹਾਨੂੰ ਫੋਨੋਂ ਤੇ ਲਿਆ ਸੀਗਾ ਸ਼ਾਇਦ ਐਟਨਵੀਸ਼ੂ ਕਰਕੇ ਆਪਾਂ ਨਹੀਂ ਵੀਡੀਓ ਕਾਲ ਤੇ ਆਪਾਂਏ ਤਾਂ ਤੁਹਾਡੇ ਰਾਹੀਂ ਜਿਹੜਾ ਮਸਲਾ ਇਹ ਸਾਰਿਆਂ ਤੱਕ ਪਹੁੰਚਿਆ ਸੀਗਾ ਉਹਦੇ ਵੀ ਤੁਸੀਂ ਇਨੀਸ਼ੀਏਟਿਵ ਲਿਆ ਔਰ ਵੀਰ ਜੀ ਉਹਨਾਂ ਨੇ ਤੁਹਾਡੇ ਤਾਈ ਅਪਰੋਚ ਕੀਤੀ ਤੁਹਾਡਾ ਧੰਨਵਾਦ ਕਰਾਂਗੇ ਕਿ ਤੁਸੀਂ ਉਸ ਦੇ ਉੱਪਰ ਸੰਗਿਆਨ ਲੇਤਾ ਆਪ ਜੀ ਫਰਜ਼ ਨੂੰ ਸਮਝਿਆ ਤਾਂ ਸਾਡੇ ਨਾਲ ਪ੍ਰਧਾਨ ਸਾਹਿਬ ਨੇ ਇਹਨਾਂ ਨੂੰ ਵੀ ਕਵਾਂਗੇ ਕਿ ਦੋ ਚਾਰ ਆਪਦੇ ਜਿਹੜੇ ਤੁਹਾਡੇ ਵਿਚਾਰ ਨੇ ਇਸ ਦੇ ਉੱਪਰ ਤੁਸੀਂ ਕੀ ਕਹਿਣਾ ਚਾਹੋਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਵਨ ਜੀ ਪਹਿਲਾਂ ਤੇ ਮੈਂ ਤੁਹਾਡਾ ਧੰਨਵਾਦ ਕਰਨਾ ਇੱਕ ਬਾਣੀ ਚੈਨਲ ਦਾ ਉਹ ਤੁਹਾਡਾ ਰਮਨਜੀਤ ਦਾ ਧੰਨਵਾਦ ਕਰਦਾ ਕਿਹੜੀ ਸਿੱਖਾਂ ਦੀ ਆਵਾਜ਼ ਨੂੰ ਬੁਲੰਦ ਕਰਦੇ ਹੋ ਉਹ ਬਹੁਤ ਬਹੁਤ ਮੈਂ ਤੁਹਾਡਾ ਧੰਨਵਾਦ ਆ ਕਿਹੜਾ ਕੱਲ ਦਾ ਮਸਲਾ ਹੋਇਆ ਹੈ ਇਹ ਬਹੁਤ ਮਾੜਾ ਹੂੰ ਕਿਉਂਕਿ ਇੱਕ ਸਿੱਖ ਬੱਚੇ ਦੇ ਦਸਤਾਰ ਤੇ ਵੀ ਹੱਥ ਪਾਇਆ ਜਾਂਦਾ ਸਾਡੇ ਵਿਜੇਪੁਤਰੀ ਵੀ ਸੰਪਦਾ ਰਾਮਗੜ੍ਹ ਦੇ ਵਿੱਚ ਹੂੰ ਕੁਝ ਬੱਚਿਆਂ ਦੇ ਪੇਪਰ ਹੁਣ ਚੱਲੇ ਸੀ ਦੋ ਚਾਰ ਦਿਨ ਪਹਿਲਾਂ ਉੱਥੇ ਵੀ ਰਵਿੰਦੀ ਦੇ ਬੱਚਿਆਂ ਨੂੰ ਨਾ ਦਸਤਾਰ ਤੋਂ ਰੋਕਿਆ ਗਿਆ ਕਿ ਦਸਤਾਰ ਬੰਨ੍ਹਣੇ ਕੋਈ ਨਹੀਂ ਤੁਸੀਂ ਆਓਗੇ ਉਹਦੇ ਪਤਨੀ ਕਹਿੰਦੇ ਕਿ ਤੁਸੀਂ ਪਤਨੀ ਵਿੱਚ ਕੀ ਪਾਉਂਦੇ ਹੋ ਬੱਚੇ ਸਾਨੂੰ ਉਹ ਦੱਸਦੇ ਭਈ ਇਹ ਸਾਡਾ ਦਸਤਾਰਮੇ ਅਜ ਲਵਾਉਣ ਲੱਪੇ ਨੇ ਦਸਤਾਰ ਦੇ ਨਾਲ-ਨਾਲ ਕੱਲ ਇੱਕ ਪੁਲਿਸ ਦਾ ਪੇਪਰ ਸੀ ਜਿਹੜਾ ਬੱਚਾ ਸਾਡਾ ਸਪਵਾਲ ਦਾ ਸੀ ਪਿੰਡ ਟਾਂਡਾ ਬੁਰਜ ਤੋਂ ਜਿਸ ਦੇ ਵਿੱਚ ਉਹ ਬੱਚੇ ਤਕਰੀਬਨ ਉਸ ਬੱਚੇ ਨੇ 7 ਸਾਲ ਦਾ ਆਪਣਾ ਅਮਰ ਸ਼ਾਰ ਕੀਤਾ ਸੀ ਹੂੰ ਉਹ ਬੱਚੇ ਨੂੰ ਅੱਜ ਉਹਦੀ ਉਮਰ 22 ਸਾਲ ਹੋ ਗਈ ਹੈ ਉਹਦੇ ਮਾਤਾ ਪਿਤਾ ਨੇ ਮੈਨੂੰ ਦੱਸਿਆ ਕਿ ਸਾਡੇ ਬੱਚੇ ਨੇ ਰਾਤ ਨੂੰ ਕਈ ਨਗਹਿਲੀ ਕਰ ਦਿੰਦੇ ਕਈ ਸਿੱਖ ਦਸਤ ਆਪਣੇ ਸਿਰੀ ਸਾਹਿਬ ਲਾ ਕੇ ਟਾਂਕ ਛੱਡੀ ਉਸ ਬੱਚੇ ਨੇ ਆਪਣੇ ਨਾਲ ਉਹ ਸਰੀਰ ਨਾਲ ਕਦੇ ਦਸਤ ਮੱਖ ਨਹੀਂ ਕੀਤਾ ਇੰਨੇ ਬੱਚੇ ਜੋ ਜੋ ਸਿੱਖੀ ਦਾ ਜज्ਬਾ ਹੂੰ ਇਹ ਬੜੀ ਮਾਨ ਪਤਾ ਉਹ ਕਿਹੜੀ ਕੀਤੀ ਗਿਆ ਸਕੂਲ ਦੇ ਔਰ ਪੇਪਰ ਦੇਰ ਬਾਅਦ ਤੇ ਉਹਨੂੰ ਕਹਿੰਦੇ ਵੀ ਸੀਰੀ ਸਾਹਿਬ ਲਾ ਦੇ ਉਹ ਸੀਰੀ ਸਾਹਿਬ ਲਾਨ ਗਿਆ ਤੇ ਉਹਨੇ ਆ ਕੇ ਇੱਕ ਸਰਦਾਰ ਜੀ ਕੋਈ ਪੁਲਿਸ ਵਾਲਾ ਵੀ ਉਸੇ ਖਲੋਤਾ ਸੀ ਜਿਸ ਨੂੰ ਕਹਿ ਲਗਾ ਜੀ ਤੁਸੀਂ ਮੇਰੇ ਸੀਰੀ ਸਾਹਿਬ ਲਵਾ ਦੇ ਉਹ ਪੁਲਿਸ ਵਾਲਾ ਸਰਦਾਰ ਕਹਿਣ ਲਗਾ ਮੇਰੇ ਵੀ ਸੀਰੀ ਸਾਹਿਬ ਕਾਕਾ ਪਾਈ ਆ ਇਹ ਮੈਨੂੰ ਵੀ ਨਹੀਂ ਅੰਦਰ ਜਾਣ ਦੇ ਉਹਦੀ ਵੀ ਡਿਊਟੀ ਉੱਥੇ ਅੰਦਰ ਲੱਗੀ ਸੀ ਉਸ ਬੱਚੇ ਨੇ ਕਹਿੰਦਾ ਕਿ ਫਿਰ ਮੈਨੂੰ ਪੇਪਰ ਦੇਣਾ ਉਹਨੇ ਕਹਿੰਦਾ ਬੱਚਾ ਤੂੰ ਪੇਪਰ ਦੇਣਾ ਤੇ ਫਿਰ ਸੀਰੀ ਸਾਹਿਬ ਲਾ ਦੇ ਹੂੰ ਉਸ ਬੱਚੇ ਨੇ ਬੜੇ ਦੁਖੀ ਮਨ ਕੋ ਕੇ ਤੇ ਸ੍ਰੀ ਸਾਹਿਬ ਉਤਾਰੀ ਉਤਾਰਨ ਦੇ ਬਾਅਦ ਕਿਹੜਾ ਉੱਥੇ ਪ੍ਰਸ਼ਾਸਨ ਬਾਕੀ ਖਲੋਤਾ ਸੀ ਉਹਨਾਂ ਨੇ ਬਹੁਤ ਸ੍ਰੀ ਸਾਹਿਬ ਨਾਲ ਬੇਅਦਬੀ ਕੀਤੀ ਭਾਈ ਸ੍ਰੀ ਸਾਹਿਬ ਲੁਹਾਈ ਆ ਤੁਸੀਂ ਸ੍ਰੀ ਸਾਹਿਬ ਨੂੰ ਕਿਤੇ ਸਾਹਮਣੇ ਰੱਖੋ ਕਿਸੇ ਬੰਦੇ ਅੱਛੇ ਦੇ ਹੱਥ ਵੜਾਓ ਉਹਨਾਂ ਨੇ ਇੱਕ ਕਚਰੇ ਦਾ ਡੱਬਾ ਹੁੰਦਾ ਸੀ ਉਹਦੇ ਵਿੱਚ ਸ੍ਰੀ ਸਾਹਿਬ ਰੱਖ ਦਿੱਤੀ ਕੁਸੇ ਰਵੰਦੀ ਕੀ ਹੁੰਦਾ ਕਿ ਕੁਝ ਬੱਚੇ ਬੋਲ ਪੈਂਦੇ ਨੇ ਕਿਈ ਬੱਚੇ ਬੋਲਦੇ ਨਹੀਂ ਹੈਗੇ ਉਹਦੇ ਵਿੱਚ ਦੋ ਸਿਰੀ ਸਾਹਿਬ ਹੋਰ ਵੀ ਐ ਸੀ ਉਸੇ ਡੱਬੇ ਵਿੱਚ ਉਹ ਬੱਚਾ ਦੱਸ ਰਿਹਾ ਦੇਖੋ ਉਹ ਬੱਚਿਆਂ ਨੇ ਇਸ਼ੂ ਨਹੀਂ ਬੋਲੇ ਪਤਾ ਨਹੀਂ ਉਹਨਾਂ ਨੂੰ ਕੀ ਮਜਬੂਰੀ ਸੀ ਕਿਉਂ ਨਹੀਂ ਬੋਲੇ ਇਹ ਬੱਚਾ ਜ ਸਾਡੇ ਨੇ ਕਿਹਾ ਕਿ ਭਾਏ ਅੰਕਲ ਜੀ ਉਹਦੇ ਵਿੱਚ ਸਿਰੀ ਸਾਹਿਬ ਦੋ ਹੋਰ ਵੀ ਐ ਸੀ ਸਾਡਾ ਬੱਚਾ ਬੋਲ ਪਿਆ ਐਸੀ ਕਹਿੰਦੇ ਆ ਬਈ ਸਾਡੀ ਵਿਕਰੀ ਕਿਉਂ ਇਦਾਂ ਦੇ ਕਰ ਰਹੇ ਹੋ ਗਵਰਨਮੈਂਟ ਸਾਡੇ ਨਾਲ ਸਿੱਖਣਾ ਵਿਕਤੀ ਕਰ ਰਿਹਾ ਥੋੜੇ ਦਿਨ ਪਹਿਲਾਂ ਤੁਹਾਨੂੰ ਵੀ ਪਤਾ ਕਿ ਸਾਡੇ ਮਾਨ ਸਾਹਿਬ ਵੀ ਆਏ ਸੀ ਉੱਥੇ ਵਿਕਤਰੀ ਅਗਰ ਆਏ ਸੀ ਤੇ ਮੈਂ ਪਰਲਮੈਂਟ ਹੀ ਆਏ ਸੀ ਨਾ ਐਸੀ ਉਹਦੇ ਦੇ ਇਸ਼ੂ ਤੇ ਤੁਹਾਨੂੰ ਸਾਰਾ ਪਤਾ ਹੈ ਕਿ ਉਹਨੂੰ ਲਖਣ ਵਿੱਚ ਰੋਕਿਆ ਗਿਆ ਉਹ ਇਸ਼ੂ ਗਿਆ ਕਾਲ ਐਡ ਇਸ਼ੂ ਬਣਾ ਦਿੱਤਾ ਪਤਾ ਨਹੀਂ ਕਿਉਂ ਗਵਰਨਮੈਂਟ ਨੇ ਪਤਾ ਨਹੀਂ ਐਲਜੀ ਸਾਉ ਨੇ ਘਰ ਥੱਲੇ ਬਾਹਰ ਨਹੀਂ ਦਿੰਦੇ ਜਾਂ ਸਨਾਈ ਦੇ ਜਾਂ ਮੀਡੀਆ ਥਰੂ ਦੇਖਦਾ ਨਹੀਂ ਭਾਈ ਸਾਡੇ ਸਿੱਖਣ ਵਾਲੇ ਇਦਾਂ ਦੀ ਗੱਲਾਂ ਕਰੋਗੇ ਤੇ ਭਾਈ ਬਾਜ ਕਹਿੰਦੇ ਸਿੱਖ ਉਹ ਕਰ ਰਹੇ ਸਿੱਖ ਉਹ ਕਰ ਰਹੇ ਨੇ ਅਸੀਂ ਸਾਡੇ ਸਾਹਮਣੇ ਦੇ ਵਿੱਚ ਸਾਡੇ 22 ਪ੍ਰਧਾਨ ਨੂੰ ਕੱਲ ਬੜੇ ਬੱਚਾ ਜੂਥ ਦਾ ਫੋਨ ਆਇਆ ਸਾਨੂੰ ਪਤਾ ਕਿ ਅਸੀਂ ਜੂਥ ਨੂੰ ਕਿੱਦਾਂ ਰੋਕਿਆ ਉੱਥੇ ਸਾਹਮਣੇ ਦੇ ਵਿੱਚ ਉਹ ਕਹਿੰਦੇ ਕਿ ਸਾਡੇ ਬੱਚੇ ਨੂੰ ਇਸ ਤਰ੍ਹਾਂ ਕੀਤਾ ਗਿਆ ਵੀ ਸਰੀ ਸਾਬ ਉਤਾਰੀ ਗਈ ਸਾਡੇ 22 ਪ੍ਰਧਾਨ ਕਰਮੇਲ ਸਿੰਘ ਨੇ ਬਹੁਤ ਉਹਨਾਂ ਨੂੰ ਜੂਥ ਨੂੰ ਸਮਝਾਉ ਸਮਝਾ ਕੇ ਕੰਟਰੋਲ ਕੀਤਾ ਉੱਥੇ ਕਿ ਭਾਈ ਚੋਰ ਅਸੀਂ ਗੱਲਬਾਤ ਚ ਚੱਲ ਰਹੀ ਪ੍ਰਸ਼ਾਸਨ ਨਾਲ ਅੱਜ ਫੇਰ ਸਵੇਰੇ ਸਾਡੀ ਜੰਮੂ ਪ੍ਰਧਾਨ ਨਾਲ ਵੀ ਗੱਲਬਾਤ ਸਾਡੀ ਹੋਈ ਉਹਨਾਂ ਨੇ ਅਗੇ ਪ੍ਰੈਸ ਕਾਨਫਰੰਸ ਦਿੱਤੀ ਹੈ ਕਿ ਅੱਜ ਉਹ ਅਸੀਂ ਮਿਲਾਂਗੇ ਆਏ ਉੱਥੇ ਪ੍ਰੈਸ ਕਾਨਫਰੰਸ ਹੋਈ ਉਹਦੇ ਵਿੱਚ ਮਤਾ ਪਾਸ ਕੀਤਾ ਗਿਆ ਕਿ ਐਸਐਸਪੀ ਨੂੰ ਤੇ ਏਡੀਸੀ ਨੂੰ ਮਿਲਨੇ ਆ ਜੀ ਐਸਐਸਪੀ ਸਾਹਿਬ ਨੂੰ ਮਿਲੇ ਮਿਲਦੇ ਬਾਅਦ ਐਸਐਸਪੀ ਸਾਹਿਬ ਨੇ ਕਾਫੀ ਵਿਚਾਰ ਸਾਂਝੇ ਹੋਏ ਉਹਨਾਂ ਨੇ ਪੂਰਾ ਸਾਨੂੰ ਇੱਕ ਯਕੀਨ ਕਰਾਇਆ ਕਿ ਤੁਹਾਡਾ ਇਹ ਮਸਲਾ ਜਲਦ ਤੂੰ ਜਲ ਹਲ ਕੀਤਾ ਜਾਏਗਾ ਉਹ ਬੰਦੇ ਨੂੰ ਅਸੀਂ ਹਾਜ਼ਰ ਕਰਾਂਗੇ ਹੂੰ ਪਤਾ ਨਹੀਂ ਸਾਨੂੰ ਇਸ ਤਰ੍ਹਾਂ ਟਾਰੇ ਹੀ ਜਾਂ ਕੀ ਕਰ ਰਹੇ ਫਿਰ ਲਾਰਜ ਸਾਡੇ ਕਬੀਰ ਕਹਿੰਦਾ ਬਈ ਦਿਨ ਕਿੰਨੇ 10 ਦਿਨ 5 ਦਿਨ 2 ਦਿਨ ਲਾਰਜ ਕਹਿੰਦਾ ਜੀ ਮੈਂ 10 ਦਿਨ ਦਿਆਂ ਇਸ ਦੀ ਕੋਈ ਗੱਲ 10 ਦਿਨ ਵੀ ਆ ਜਾਣੇ ਨੇ ਅਸੀਂ ਕਹਿੰਦਾ ਦੱਸਣ ਉਹਦੇ ਬਾਅਦ ਅਸੀਂ ਏਡੀਸੀ ਜੀ ਨਾਲ ਮਿਲਿਆ ਏਡੀਸੀ ਨੇ ਸਾਨੂੰ ਕਲੀਅਰ ਕਰ ਦਿੱਤਾ ਕਿ ਇੱਕ ਮੈਂ ਇਸ ਚੀਜ਼ ਤੇ ਪੂਰੀ ਇਨਕੁਆਇਰੀ ਕਰਵਾਵਾਂਗਾ ਔਰ ਇੱਕ ਮੈਂ ਆਰਡਰ ਕਰਾਂਗਾ ਆਰਡਰ ਕਰਕੇ ਤੁਹਾਨੂੰ ਅੱਗੇ ਵਾਸਤੇ ਰੋਕ ਨੂੰ ਹਟ ਜਾਈਂ ਚਲੋ ਦੇਖੋ ਹੁਣ ਸਾਨੂੰ ਪ੍ਰਸ਼ਾਸਨ ਦੇ ਬਹੁਤ ਇੱਕ ਯਕੀਨ ਦਵਾਇਆ ਉਹ ਦੇ ਦੇ ਵੀ ਕੀ ਕਰਦਾ ਹੈ ਪ੍ਰਸ਼ਾਸਨ ਜੀ ਬਹੁਤ ਬਹੁਤ ਧੰਨਵਾਦ ਵੀਰ ਜੀ ਵਿਚਾਰ ਸਾਂਝ ਕਰਨ ਦੇ ਲਈ ਤੇ ਵੀਰ ਜੀ ਤੁਸੀਂ ਕੁਝ ਕਹਿਣਾ ਚਾਹੋਗੇ ਇਸ ਵਿਸ਼ੇ ਦੇ ਉੱਤੇ ਪ੍ਰਚਾਰਕ ਨੇ ਵਿਕਰਮਜੀਤ ਸਿੰਘ ਜੀ ਸਾਡੇ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਮੈਂ ਆਪ ਜੀ ਦਾ ਧੰਨਵਾਦ ਕਰਦਾ ਹਾਂ ਸੋ ਜਿਨ੍ਹਾਂ ਨੇ ਇਸ ਖਾਸ ਮੌਕੇ ਤੇ ਸਾਨੂੰ ਯਾਦ ਕਰਕੇ ਆਪ ਜੀ ਨੇ ਮਾਨਵਕਸ਼ਿਆ ਹੈ ਸੋ ਮੈਂ ਇਹੀ ਗੱਲ ਕਵਾਂਗਾ ਕਿ ਜਿਹੜਾ ਧਰਮ ਸਮੁੱਚੀ ਕਾਇਨਾਤ ਨੂੰ ਲੈ ਕੇ ਚੱਲਦਾ ਤੇ ਇਹ ਗੱਲ ਹੁੱਕਾ ਦਿੰਦਾ ਕਿ ਅਵਲੇ ਅੱਲਾ ਨੂਰ ਪਾਇਆ ਕੁਦਰਤ ਕੇ ਸਭ ਬੰਦੇ ਇੱਕ ਨੂਰ ਤੇ ਸਭ ਜਖ ਵਜਿਆ ਕੋਣ ਪਲੇ ਕੋ ਬੰਦੇ ਜਿਹੜਾ ਧਰਮ ਹਰ ਰੋਜ਼ ਅਰਦਾਸ ਵਿੱਚ ਸਰਬਤ ਦਾ ਭਲਾ ਮੰਗਦਾ ਤੇਰੇ ਬਾਣੀ ਸਰਬਤ ਦਾ ਭਲਾ ਉਹਦਾ ਨਾ ਕੋ ਵੈਰੀ ਨਾ ਹੀ ਬਿਗਾਨਾ ਸੋ ਅੱਜ ਜੋ ਘਟਨਾ ਵਾਪਰੀ ਐ ਤੁਸੀਂ ਸਵੇਰ ਤੋਂ ਲੈ ਕੇ ਹੁਣ ਸ਼ਾਮ ਤੱਕ ਤੁਸੀਂ ਇਹ ਸਾਰੀ ਘਟਨਾ ਨੂੰ ਕਵਰ ਕੀਤਾ ਹੈ ਜਿਸ ਵਿੱਚ ਸਾਰਿਆਂ ਨੇ ਆਪਣੇ ਆਪਣੇ ਵਿਚਾਰ ਜਿਹੜੇ ਉਹ ਦਿੱਤੇ ਹਨ ਮੈਂ ਇਹੀ ਕਹਾਵਾਂਗਾ ਕਿ ਪਾਈ ਜੋ ਅੱਜ ਘਟਨਾ ਹੀ ਵਾਪਰੀ ਐ ਸੋ ਇਹ ਬੜੀ ਹੀ ਮੰਦਭਾਗੀ ਘਟਨਾ ਹੈ ਉਹਨਾਂ ਲੋਕਾਂ ਨੂੰ ਇਹ ਪਤਾ ਹੋਣਾ ਚਾਹੀਦਾ ਕਿ ਸਾਡਾ ਇਹ ਸੰਵਿਧਾਨਿਕ ਹੱਕ ਹੈ ਕਾਨੂੰਨ ਤੋਂ ਅਸੀਂ ਬਾਹਰ ਨਹੀਂ ਜਾ ਰਹੇ ਕਾਨੂੰਨ ਦੇ ਦਾਇਰੇ ਵਿੱਚ ਰਹਿ ਕੇ ਸਰਬ ਕੋ ਜੀਵਨ ਜਿਹੜਾ ਸਿੱਖ ਬਤੀਤ ਕਰਦਾ ਹੈ ਤੇ ਇਹ ਕਿਰਪਾਨ ਜਿਹੜੀ ਹੈ ਸਾਡਾ ਇੱਕ ਸਵਿਧਾਨਿਕ ਹੱਕ ਹੈ ਜਿਹਨੂੰ ਕਾਨੂੰਨ ਵੀ ਇਹ ਮਾਨਤਾ ਦਿੰਦਾ ਇਸ ਕਰਕੇ ਅਸੀਂ ਕੋਈ ਵੀ ਪ੍ਰਸ਼ਾਸਨ ਜਾਂ ਕੋਈ ਵੀ ਹੈ ਇਹ ਕਿਰਪਾਨ ਤੇ ਉਂਗਲੀ ਨਹੀਂ ਉਠਾ ਸਕਦਾ ਇਸ ਕਰਕੇ ਜੋ ਵੀ ਇਹ ਵੀਰ ਦੇ ਬੱਚੇ ਨਾਲ ਇਹ ਘਟਨਾ ਵਾਪਰੀ ਹੈ ਪਹਿਲੇ ਵੀ ਤੁਸੀਂ ਆਪ ਜੀ ਦੇ ਚੈਨਲ ਦੇ ਮੱਦੇਮਾ ਰਹੀ ਇਹ ਪਹਿਲੇ ਸਮੇਂ ਸਮੇਂ ਅਨੁਸਾਰ ਜਿਵੇਂ ਘਟਨਾ ਵਾਪਰਦੀਆਂ ਨਹੀਂ ਆ ਆਪ ਜੀ ਸਿੱਖ ਸੰਗਤਾਂ ਨੂੰ ਰੂਬਰੂ ਹੋ ਕੇ ਜਾਣੂ ਕਰਵਾਉਂਦੇ ਰਹੇ ਸੋ ਇਹ ਅੱਜ ਚੌਥੀ ਘਟਨਾ ਸੁਮੈ ਇਹ ਗੱਲ ਕਹਾਂਗਾ ਕਿ ਭਾਈ ਕਿਸੇ ਨੂੰ ਕਿਰਪਾਨ ਤੋਂ ਕੀ ਡਰ ਹੈ ਕਿਰਪਾਨ ਬਣੀ ਹੀ ਕਿਰਪਾ ਦੇ ਲਈ ਹੈ ਮਜ਼ਲੂਮਾਂ ਦੀ ਖਾਤਰ ਇਸ ਕਰਕੇ ਇਹ ਕਦੀ ਵੀ ਐਦਾਂ ਨਹੀਂ ਕਹਿ ਲਿਆ ਕਿ ਭਾਈ ਕਿਰਪਾਨ ਕਿਸੇ ਨੂੰ ਡਰਾਉਣ ਦੇ ਲਈ ਜਾਂ ਕਿਸੇ ਐਦਾਂ ਇਤ ਕਰਨ ਦੇ ਲਈ ਸਿਰ ਮੈਂ ਹੀ ਬੇਨਤੀ ਕਰਾਂਗਾ ਕਿ ਭਾਈ ਜੋ ਸਾਡੀ ਪੰਜ ਕਕਾਰੀ ਵਰਦੀ ਹੈ ਸਾਡੇ ਜੋ ਧਾਰਮਿਕ ਚਿੰਨ੍ਹ ਹਨ ਉਹ ਸਿੱਖ ਲਈ ਲਾਜ਼ਮੀ ਹਨ ਤੇ ਹਰ ਇੱਕ ਪ੍ਰਸ਼ਾਸਨ ਨੂੰ ਹਰ ਇੱਕ ਆਦਮੀ ਨੂੰ ਪਤਾ ਹੈ ਕਿ ਸਿੱਖ ਧਰਮ ਜਿਹੜਾ 1469 ਵੀਤੂ ਲੈ ਕੇ ਹੋਣ ਤੱਕ ਤੁਸੀਂ ਦੇਖੋ ਕਿ ਹਰ ਇੱਕ ਬੱਚਾ ਬੱਚਾ ਜਿਹੜਾ ਉਹ ਪੰਜ ਕਕਾਰਾਂ ਦੇ ਬਾਰੇ ਜਾਣਦਾ ਸਾਰੀ ਇਸ ਤੋਂ ਪਲੀਪਾ ਜਾਣੂ ਹਾਂ ਕੋਈ ਅਨਜਾਨ ਨਹੀਂ ਤੇ ਜੇ ਕੋਈ ਜਾਣਬੁੱਝ ਕੇ ਹਰਕਤ ਕਰਦਾ ਤੇ ਸਾਡੇ ਹਿਰਦਿਆਂ ਨੂੰ ਬੜਾ ਦੁੱਖ ਹੁੰਦਾ ਸਿੱਖ ਧਰਮ ਦੇ ਹਿਰਦੇ ਬਲੁੰਦਰੇਗੇ ਹਨ ਅੱਜ ਮੈਂ ਹੀ ਬੇਨਤੀ ਕਰਾਂਗਾ ਇਹੋ ਜਿਹੇ ਘਟਨਾਵਾਂ ਜਿਹੜੀਆਂ ਹਨ ਉਹ ਫਿਚਰ ਵਿੱਚ ਨਹੀਂ ਹੋਣੀਆਂ ਚਾਹੀਦੀਆਂ ਸਾਨੂੰ ਅੱਜ ਸਖਤ ਕਦਮ ਲੈ ਕੇ ਕੋਈ ਸਦ ਸਖਤ ਕਦਮ ਉੱਠਣਾ ਉਠਾਣੇ ਪੈਣਗੇ ਤਾਂ ਹੀ ਇਹ ਕਾਰਵਾਈਆਂ ਜਿਹੜੀਆਂ ਉਹ ਬੰਦ ਹੋਣਗੀਆਂ ਸੋ ਬੇਨਤੀ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਧੰਨਵਾਦ ਮੈਂ ਡਿਸਟ੍ਰਿਕਟ ਉਦਾਰਾ ਪ੍ਰਬੰਧਕ ਕਮੇਟੀ ਸਾਹਿਬ ਦਾ ਧੰਨਵਾਦ ਕਰਦੀ ਹਾਂ ਵਾਈਸ ਪ੍ਰੈਜ਼ੀਡੈਂਟ ਸਾਹਿਬ ਪ੍ਰਧਾਨ ਸਾਹਿਬ ਔਰ ਪ੍ਰਚਾਰਕ ਸਹਿਬਾਨ ਦਾ ਵੀ ਧੰਨਵਾਦ ਔਰ ਖਾਸ ਤੌਰ ਦੇਤੇ ਧੰਨਵਾਦ ਮੈਂ ਸਰਦਾਰ ਬਲਵਿੰਦਰ ਸਿੰਘ ਜੀ ਹੋਣਾ ਦਾ ਕਰਾਂਗੀ ਕਿਉਂਕਿ ਇਹਨਾਂ ਨੇ ਹੌਸਲਾ ਕੀਤਾ ਔਰ ਜਿਵੇਂ ਇਹ ਵਿਚਾਰ ਆਪਦੇ ਦਿਲ ਦੇ ਵਿੱਚ ਲੈ ਕੇ ਤੁਰੇ ਨੇ ਕਿ ਅੱਜ ਮੇਰੇ ਬੱਚੇ ਨਾਲ ਹੋਇਆ ਕੱਲ ਨੂੰ ਕਿਸੇ ਹੋਰ ਨਾਲ ਨਾ ਹੋਵੇ ਇਹ ਸਿਰਫ ਮੇਰੇ ਬੱਚੇ ਨਾਲ ਜ਼ਾਦਤੀ ਨਹੀਂ ਹੋਈ ਇਹ ਸ਼ਾਇਦ ਕਿਤੇ ਨਾ ਕਿਤੇ ਸਾਡੀ ਕੌਮ ਦੇ ਨਾਲ ਹੋਇਆ ਹੈ ਇਹ ਕੌਮੀ ਮਸਲਾ ਬਣ ਗਿਆ ਔਰ ਇਸ ਮਸਲੇ ਨੂੰ ਇਹਨਾਂ ਨੇ ਆਪਣੇ ਪਰਿਵਾਰ ਤੋਂ ਬਾਹਰ ਕੱਢ ਕੇ ਕੌਮ ਤੱਕ ਪਹੁੰਚਾਇਆ ਮੈਂ ਸਾਰਿਆਂ ਦਾ ਹੀ ਬਹੁਤ-ਬਹੁਤ ਧੰਨਵਾਦ ਕਰਾਂਗੀ ਜੀ ਜੀ ਗੱਲਬਾਤ ਕਰਨ ਦੇ ਲਈ ਵੀ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ